ਪੈਸਾ ਦੁੱਗਣਾ ਕਰਨ ਦਾ ਲਾਲਚ ਦੇ ਕੇ ਕਰੋੜਾਂ ਰੁਪਏ ਦਾ ਚੂਨਾ ਲਗਾਉਣ ਵਾਲੀਆਂ ਫਰੋਡ ਕੰਪਨੀਆਂ ਧੜੱਲੇ ਨਾਲ ਲੋਕਾਂ ਨੂੰ ਲੁੱਟਣ ਵਿੱਚ ਲੱਗੀਆਂ ਹੋਈਆਂ ਨੇ। ਤਾਜ਼ਾ ਮਾਮਲਾ ਹੁਸ਼ਿਆਰਪੁਰ ਦੇ ਤਲਵਾੜਾ ਦਾ ਹੈ, ਜਿੱਥੇ ਇੱਕ ਨਿੱਜੀ ਕੰਪਨੀ ਲੋਕਾਂ ਨੂੰ ਕਰੋੜਾਂ ਰੁਪਿਆਂ ਦਾ ਚੂਨਾ ਲਗਾ ਕੇ ਰਫੂ ਚੱਕਰ ਹੋ ਗਈ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਕੋਲੋਂ ਅਜਿਹੀ ਦੋਸ਼ੀ ਕੰਪਨੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਧਰ ਪੁਲਿਸ ਨੇ ਵੀ ਪੀੜਿਤ ਲੋਕਾਂ ਨੂੰ ਜਲਦ ਕਾਰਵਾਈ ਕਰਨ ਦਾ ਭਰੋਸਾ ਦਵਾਇਆ। ਦੱਸ ਦਈਏ ਉਮੀਦ ਕਾਰਪੋਰੇਸ਼ਨ ਪ੍ਰੋਡਿਊਸਰ ਕੰਪਨੀ ਲਿਮਿਟਡ ਦੇ ਨਾਂ ਤੇ ਚਿੱਟ ਫੰਡ ਕਰਨ ਵਾਲੀ ਇਹ ਕੰਪਨੀ ਹੁਣ ਬੰਦ ਹੋ ਚੁੱਕੀ ਹੈ। ਅਸੀਂ ਤਾਂ ਜੀ ਏਜੰਟਾਂ ਦੇ ਕਹਿਣ ਤੇ ਸਾਡਾ ਪਿੱਛਾ ਨਹੀਂ ਛੱਡਿਆ। ਉਹਨਾਂ ਨੇ ਕਹਿੰਦੇ ਕਿ ਸਾਡੇ ਕੋਲ ਸਾਨੂੰ ਮੌਕਾ ਦਿਓ, ਇੱਕ ਮੌਕਾ ਦਿਓ, ਜ਼ਰੂਰ ਮੌਕਾ ਦਿਓ ਸਾਨੂੰ ਇਹ ਕੰਮ ਕਰਨ ਦਾ। ਅਸੀਂ ਉਹਨਾਂ ਦੇ ਕਹਿਣ ਦੇ ਬਾਵਜੂਦ ਇਹਨਾਂ ਨੂੰ ਚਲੋ ਕਰਵਾ ਤੀ ਅਸੀਂ ਇਹਨਾਂ ਕੋਲ। ਹਰ ਮਹੀਨੇ ਦਾ 1500 ਰੁਪਇਆ ਅਸੀਂ ਇਹਨਾਂ ਕੋਲ ਜਮ੍ਹਾਂ ਕਰਵਾਉਂਦੇ ਸੀ ਅਤੇ ਜਦੋਂ ਅਸੀਂ ਇਹਨਾਂ ਕੋਲੋਂ ਕੋਈ ਪਰੂਫ ਮੰਗਿਆ ਕਿ ਸਾਨੂੰ ਆਪਣੀ ਕੰਪਨੀ ਦਾ ਪਰੂਫ ਦਿਓ ਤਾਂ ਕਹਿੰਦੇ ਸਾਡੀ ਕੰਪਨੀ ਕੋਈ ਪਰੂਫ ਨਹੀਂ ਦਿੰਦੀ। ਅਸੀਂ ਪੈਸਾ ਦੇਣਾ ਬੰਦ ਕਰਤਾ ਇਹਨਾਂ ਨੂੰ। ਅਸੀਂ ਮੰਗ ਇਹੀ ਕਰਦੇ ਹਾਂ ਕਿ ਸਾਨੂੰ ਪੈਸਾ ਮਿਲਣਾ ਚਾਹੀਦਾ, ਜਿਹੜਾ ਸਾਡਾ ਪੈਸਾ ਜਮ੍ਹਾਂ ਹੋਇਆ ਸਾਨੂੰ ਮਿਲਣਾ ਚਾਹੀਦਾ। ਸਾਡੇ ਕੋਲ ਜੀ ਇਸ ਵੇਲੇ ਤਾਂ 15000 ਰੁਪਇਆ ਲੈ ਚੁੱਕੇ ਨੇ ਅਤੇ ਸਾਡੇ ਹੁਣ ਤਾਂ ਸਾਡੇ ਏਜੰਟ ਹੈ ਉਹ ਵੀ ਸਾਨੂੰ ਦਿਸਦੇ ਨਹੀਂ ਗੇ, ਨਾ ਕਦੀ ਸਾਡੇ ਕੋਲ ਆਏ ਗੇ, ਨਾ ਉਹਨਾਂ ਨੇ ਕਦੀ ਦੱਸਿਆ ਸਾਨੂੰ। ਹੁਣ ਅਸੀਂ ਕਿਹਨੂੰ ਤੋਪੀਏ? ਜਿਹਨੂੰ ਪੈਸੇ ਦਿੱਤੇ ਉਹੀ ਨਹੀਂ ਮਿਲਦਾ, ਹੁਣ ਬਾਕੀਆਂ ਨੂੰ ਕਿੱਥੋਂ ਤੋਪੀਏ ਅਸੀਂ? ਅਤੇ ਹੁਣ ਇਹੋ ਹੀ ਰਿਕੁਐਸਟ ਹੈ ਸਾਡੀ ਵੀ ਜਿੰਨੇ ਸਾਡੇ ਪੈਸੇ ਦਿੱਤੇ ਜਾਣ ਸਾਨੂੰ। ਸਰ ਉਮੀਦ ਕੰਪਨੀ ਜੀ, ਸਰ ਆਪਣਾ ਜਿਹੜਾ ਏਜੰਟ ਹੈ ਉਹ ਹੰਸਰਾਜ ਜੀ, ਉਹਦੇ ਕੋਲ 30000 ਰੁਪਏ ਜਿਹੜਾ ਮਤਲਬ ਮਹੀਨੇ ਦੀ 1000 ਰੁਪਏ ਕਿਸ਼ਤ ਦਿੰਦੇ ਜੀ। ਕੀ ਲਾਲਚ ਦਿੱਤਾ ਸੀ? ਲਾਲਚ ਉਹਨਾਂ ਨੇ ਇਹ ਵੀ ਤੋਂ ਜਿੱਦਾਂ ਮਤਲਬ ਜੋ ਹੋਊਗਾ 12% ਦੇਣਾ ਵੀ ਮਤਲਬ ਦਾ ਵਿਆਜ ਜੋ ਵੀ ਅਸੀਂ ਪੁੱਛਦੇ ਹਾਂ ਉਹਨਾਂ ਨੂੰ, ਉਹ ਸਾਨੂੰ ਮਤਲਬ ਕੋਈ ਗੱਲ ਨਹੀਂ ਕਰਦੇ, ਸਿੱਧੇ ਮੈਨੂੰ ਡਰਾਉਂਦੇ ਨੇ, ਧਮਕੀਆਂ ਵੀ ਦਿੰਦੇ ਉਹ ਅਤੇ ਜੇ ਪੈਸੇ ਬਾਰੇ ਗੱਲ ਕੀਤੀ ਤਾਂ ਤੈਨੂੰ ਚੁਕਾ ਦੇਣਾ, ਇਹ ਕਰ ਦੇਣਾ, ਉਹ ਕਰ ਦੇਣਾ। ਉਮੀਦ ਕੋਆਪਰੇਟ ਸੁਸਾਇਟੀ ਬੈਂਕ ਹੈ ਜੀ, ਇਹ ਇੱਥੇ ਤਲਵਾੜੇ 'ਚ ਖੁੱਲ੍ਹਿਆ ਸੀਗਾ ਅਤੇ ਅਸੀਂ ਉਹਦੇ 'ਤੇ ਬੇਸ 'ਤੇ ਇਹਨਾਂ ਨੂੰ ਪੈਸਾ ਲਗਵਾਇਆ ਸੀਗਾ। ਇਹਨਾਂ ਨੇ ਸਾਨੂੰ ਬੋਲਿਆ ਸੀਗਾ 12% ਸਾਡਾ ਵਿਆਜ ਹੈਗਾ ਤੁਹਾਨੂੰ ਅਸੀਂ ਦੇਵਾਂਗੇ ਅਤੇ ਕੁਛ ਟਾਈਮ ਬਾਅਦ ਇਹਨਾਂ ਅਸੀਂ FDਆਂ ਅਤੇ RDਆਂ ਸਾਰਾ ਕੁਛ ਕੀਤਾ ਇਹਨਾਂ ਨੇ ਕਰਾ ਕੇ, ਹੁਣ ਉਹ ਸਾਰਾ ਕੰਪਨੀ ਕਹਿੰਦੇ ਦੌੜ ਗਈ ਹੈ ਅਤੇ ਹੁਣ ਕੋਈ ਨਹੀਂ ਹੱਥ ਆ ਰਿਹਾ ਜੀ। ਇਹਨਾਂ ਦੀ SSP ਵੱਲੋਂ ਕੰਪਲੇਂਟ ਰਿਸੀਵ ਹੋਈ ਸੀ ਸਾਨੂੰ, ਉਹਦੇ ਅਕੋਰਡਿੰਗ ਅਸੀਂ SHO ਤਲਵਾੜੇ ਨੂੰ ਮਾਰ ਕਰ ਦਿੱਤੀ ਅਤੇ SHO ਤਲਵਾੜਾ ਦੀ ਇਨਕੁਆਇਰੀ ਕਰ ਰਹੇ ਨੇ। ਕਰੀਬ 50 ਕੁ ਬੰਦਿਆਂ ਦੇ ਇਹਨਾਂ ਦੇ ਬਿਆਨ ਲਿਖੇ ਗਏ ਆ, ਇਹਨਾਂ ਦੇ ਅੱਗੇ ਉਹ ਸਬ ਨੋਟਿਸ ਵੀ ਹੈਗੇ, ਉਹਨਾਂ ਨੂੰ ਵੀ ਸ਼ਾਮਲ ਦੇਸ਼ ਕਰਕੇ ਕੰਪਲੀਟ ਕਰਕੇ ਇਹਨਾਂ ਦੇ ਖਿਲਾਫ ਅਸੀਂ FIR ਲੋਜ ਕਰ ਰਹੇ ਹਾਂ।